ਪੰਜਾਬ ਤੇ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਸ਼ਹਿਰ ਮਲੇਰਕੋਟਲਾ 'ਚ ਬਕਰੀਦ ਨੂੰ ਲੈ ਕੇ ਰੌਣਕ ਦੇਖਣ ਨੂੰ ਮਿਲ ਰਹੀ ਹੈ। ਇਸ ਨੂੰ ਲੈ ਕੇ ਮਲੇਰਕੋਟਲਾ ਦੀ ਵਕਰਾ ਮੰਡੀ 'ਚ ਵੀ ਖੂਬ ਚਹਿਲ ਪਹਿਲ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਜਿੱਥੇ ਮੰਡੀ ਕਈ ਤਰ੍ਹਾਂ ਦੀਆਂ ਨਸਲਾਂ ਦੇ ਵਕਰਿਆਂ ਨਾਲ ਭਰੀ ਹੋਈ ਹੈ, ਉੱਥੇ ਹੀ ਇਹਨਾਂ ਵਕਰਿਆਂ ਨੂੰ ਖਰੀਦਣ ਵਾਲੇ ਮੁਸਲਿਮ ਭਾਈਚਾਰੇ 'ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਇਹ ਜਿਹੜਾ ਤਿਉਹਾਰ ਹੈ ਸਾਡਾ, ਇਹ ਸਾਲ ਬਾਅਦ ਆਉਂਦਾ ਬਕਰਾ ਈਦ ਜਿਹੜੀ ਹੈਗੀ, ਇਹਦੇ 'ਤੇ ਅਸੀਂ ਕੁਰਬਾਨੀ ਕਰਦੇ ਹਾਂ। ਇਹ ਸੋਹਣੇ ਤੋਂ ਸੋਹਣਾ ਪਸ਼ੂ ਲੈਂਦੇ ਹਾਂ, ਪਸ਼ੂ 20,000 ਦਾ ਵੀ ਲੈਂਦੇ ਹਾਂ, 50,000 ਦਾ ਵੀ ਲੈਂਦੇ ਹਾਂ, 60,000 ਦਾ ਵੀ ਲੈਂਦੇ ਹਾਂ, ਇੱਥੇ 1,00,000 ਦਾ ਵੀ ਲੈਂਦੇ ਹਾਂ। ਜਿਸ ਤਰ੍ਹਾਂ ਦਾ ਪਸ਼ੂ ਹੁੰਦਾ ਉਸ ਤਰ੍ਹਾਂ ਦਾ ਪੈਸੇ ਦਿੰਦੇ ਹਾਂ ਅਸੀਂ। ਖੂਬਸੂਰਤੀ ਦਾ ਕੋਈ ਮੁੱਲ ਨਹੀਂ ਹੈਗਾ, ਪਸ਼ੂ ਜਿਹੜਾ ਹੈਗਾ ਖੂਬਸੂਰਤ ਲੈਂਦੇ ਹਾਂ। ਬਾਕੀ ਇੱਥੇ ਜਿਹੜਾ ਹੈਗਾ ਉਰੇ ਜਿਹੜੀ ਕੁਰਬਾਨੀ ਹੈ ਮਲੇਰਕੋਟਲੇ ਪੰਜਾਬ 'ਚ ਸਭ ਤੋਂ ਵੱਧ ਹੋ ਰਹੀ ਹੈ। ਤਿਉਹਾਰ ਤਾਂ ਸਭ ਤੋਂ ਬੜਾ ਤਿਉਹਾਰ ਹੈ ਮੁਸਲਮਾਨਾਂ ਦਾ, 12-13-14 ਤਿੰਨ ਦਿਨ ਲਗਾਤਾਰ ਕੁਰਬਾਨੀ ਹੋਊ। 3 ਦਿਨਾਂ ਜਿਹੜੇ ਮਰਜ਼ੀ ਦਿਨ ਆਪਾਂ ਕੁਰਬਾਨੀ ਕਰ ਸਕਦੇ ਆਪਣੇ ਘਰ। ਈਦੀ ਨਮਾਜ਼ ਤੋਂ ਬਾਅਦ, ਈਦੀ ਨਮਾਜ਼ ਤੋਂ ਬਾਅਦ ਬੱਕਰਾ ਕੋਈ 70 ਦਾ ਵਿਕਿਆ ਜਾਂਦਾ, ਕੋਈ 80 ਦਾ ਵਿਕਿਆ ਜਾਂਦਾ, ਕੋਈ 50 ਦਾ ਵਿਕਿਆ ਜਾਂਦਾ, ਕੋਈ 40 ਦਾ ਵਿਕਿਆ ਜਾਂਦਾ। ਜੋ ਜਿਹਾ ਮਾਲ ਹੈ ਉਹ ਜਿਹੇ ਪੈਸੇ ਮਿਲੇ ਜਾਂਦੇ।